ਗੁਰੂ ਨਾਨਕ ਦੇਵ ਮਹਾਰਾਜ ਜੀ ਅਰਬ ਦੀ ਧਰਤੀ 'ਤੇ ਜਾਂਦੇ ਨੇ, ਕਹਿੰਦੇ ਉੱਥੇ ਦਾ ਇੱਕ ਕਾਜ਼ੀ ਸੀ ਜਿਹਦਾ ਨਾਂ ਸੀ ਕਾਜ਼ੀ ਰੁਕਨਉਦੀਨ। ਕਹਿੰਦੇ ਜਦੋਂ ਕਾਜ਼ੀ ਸਾਹਿਬ ਆਏ ਨੇ, ਸਭ ਤੋਂ ਪਹਿਲਾਂ ਬੈਠੇ ਨੇ ਅਤੇ ਉਹਨਾਂ ਨੇ ਕਿਹਾ ਅਸਲਾਮ ਵਾਲੇਕੁਮ, ਅਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ। ਕਿ ਇਹ ਜਿਹੜਾ ਖਾਲਸੇ ਦਾ ਜੰਗੀ ਨਾਰਾ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਵਰਤਿਆ ਆਇਆ। ਕਹਿੰਦੇ ਜੀ ਕਾਜ਼ੀ ਰੁਕਨਉਦੀਨ ਸਾਹਿਬ ਨੇ ਜਿਹੜਾ 360 ਸਵਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀਤੇ ਨੇ, ਅਤੇ ਕਹਿੰਦੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਦੇ ਸਿੱਖ ਬਣ ਗਏ ਨੇ, ਅਤੇ ਕਹਿੰਦੇ ਉਸ ਵਕਤ ਉੱਥੇ ਦੇ ਹੁਕਮਰਾਮਾਂ ਨੇ 8 ਫਤਵੇ ਦੇ ਕੇ ਕਾਜ਼ੀ ਸਾਹਿਬ ਨੂੰ ਸ਼ਹੀਦ ਕੀਤਾ। ਵੈਸੇ ਸਾਡੇ ਜਿਹੜੇ ਧਰਮ ਦੀ ਗੱਲ ਕੀਤੀ ਜਾਵੇ, ਮੂਰਤੀ ਪੂਜਾ ਨਹੀਂ ਮੰਨਦੇ, ਹੈ ਨਾ। ਮੇਨ ਕਹਿੰਦੇ ਨੇ ਕਿ ਜਿਹੜੀ ਬਾਣੀ ਹੈ ਉਹੀ ਅਸਲ ਗੁਰੂ ਹੈ। ਗੁਰਬਾਣੀ ਦਾ ਖੁਦ ਦਾ ਸਿਧਾਂਤ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰ ਹੈ। ਉਹ ਜਿਹੜੀ ਬਾਣੀ ਸਾਡੀ ਗੁਰੂ ਹੈ, ਜਿਹੜੀ ਅੰਤਰ ਸਰੂਪ ਜੋਤ ਆ, ਅਸੀਂ ਗੁਰਬਾਣੀ 'ਚੋਂ ਦੇਖ ਸਕਦੇ ਹਾਂ। ਮੈਨੂੰ ਲੱਗਦਾ ਉਹ ਕਿਸੇ ਤਸਵੀਰਾਂ 'ਚ ਨਹੀਂ ਦੇਖ ਸਕਦੇ ਅਸੀਂ। ਮੈਂ ਬਹੁਤ ਸਾਰੀਆਂ ਥਾਵਾਂ 'ਤੇ ਜਾਂਦਾ ਅਤੇ ਸਾਨੂੰ ਇਹ ਵੇਖਣ ਨੂੰ ਮਿਲਦਾ ਉਹਨਾਂ ਦਾ ਯੂਥ ਹੈ ਨਾ ਜਿਹੜਾ ਆਪਣੇ ਇਤਿਹਾਸ ਨਾਲ ਬਹੁਤ ਸੁਚੇਤ ਆ। ਸਾਡਾ ਯੂਥ ਆਪਣੇ ਇਤਿਹਾਸ ਨਾਲ ਸੁਚੇਤ ਨਹੀਂ ਹੈ। ਕਹਿੰਦੇ ਜੀ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸ਼ਹੀਦ ਹੋ ਜਾਂਦੇ ਨੇ ਅਤੇ ਮਾਤਾ ਜੀ ਆ ਕੇ ਪੁੱਛਦੇ ਨੇ ਮੇਰੇ ਸਾਹਿਬਜ਼ਾਦੇ ਕਿੱਥੇ ਨੇ, ਅਤੇ ਕਹਿੰਦੇ ਗੁਰੂ ਸਾਹਿਬ ਨੇ ਸਾਡੇ ਵੱਲ, ਕਿਸੇ ਹੋਰ ਵੱਲ ਨਹੀਂ, ਸਾਡੇ ਲੋਕਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸਤਚਾਰ ਚਾਰ ਮੋਏ ਤੋਂ ਕਿਆ ਹੋਆ ਜੀਵਿਤ ਕਈ ਹਜ਼ਾਰ। ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਤੁਹਾਡਾ ਪੁੱਤ ਆਖ ਦਿੱਤਾ ਹੈ, ਤਾਂ ਮੈਨੂੰ ਲੱਗਦਾ ਸਾਡੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਆਪਣੇ ਗੁਰੂ ਦੀ ਗੱਲ ਮੰਨੀਏ। ਕਹਿੰਦੇ ਆ ਸਿੱਖਾਂ ਦੀ ਗਿਣਤੀ 56% ਹੈ, ਮਹਾਰਾਜਾ ਰਣਜੀਤ ਸਿੰਘ ਵੇਲੇ 13% ਸੀ। ਕਹਿੰਦੇ ਫਿਰ ਵੀ ਅਸੀਂ ਇਹਨੂੰ ਖਾਲਸਾ ਰਾਜ ਕਹਿੰਦੇ ਹਾਂ। ਜਿਹੜੀ ਖਾਲਸਾ ਰਾਜ ਦਾ ਸਿਧਾਂਤ ਹੈ ਉਹ ਕੁਆਂਟਿਟੀ 'ਤੇ ਨਹੀਂ, ਉਹ ਧਰਮ 'ਤੇ ਨਹੀਂ, ਉਹ ਤੁਹਾਡੀ ਸਕਿੱਲਸ ਦੇ ਉੱਪਰ ਡਿਵੈਲਪ ਕਰਦਾ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਮੈਂ ਤੁਹਾਨੂੰ ਖੜ੍ਹੇ ਖੜ੍ਹੇ ਐਸੇ 50 ਸਥਾਨ ਗਿਣਾ ਸਕਦਾ ਜਿਹੜੇ ਕਿ ਅਜੇ ਨਹੀਂ ਸੰਭਾਲੇ ਹੋਏ ਅਸੀਂ, ਅਤੇ ਅਸੀਂ ਕਹਿੰਦੇ ਬਾਹਰ ਜਾ ਕੇ ਸੰਭਾਲਾਂਗੇ, ਪੰਜਾਬ ਦੇ 'ਤੇ ਅਸੀਂ ਸੰਭਾਲੇ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ, ਅਤੇ ਮੈਂ ਹਾਂ ਕਵਲ। ਅਕਸਰ ਹੀ ਜਿਹੜੇ ਨੇ ਅੱਜ ਕੱਲ੍ਹ ਦੇ ਯੂਥ ਨੇ ਜਿਹੜਾ ਇਤਿਹਾਸ ਆਪਣਾ ਸਿੱਖੀ ਦਾ ਉਹ ਭੁੱਲਦੇ ਹੋਏ ਨਜ਼ਰ ਆ ਰਹੇ ਨੇ, ਪਰ ਕਿਤੇ ਨਾ ਕਿਤੇ ਕੁਝ ਇਹੋ ਜਿਹੇ ਯੂਥ ਗੱਲ ਕਰ ਲੈਣੇ, ਇਹੋ ਜਿਹੇ ਸਿੱਖ ਜਿਹੜੇ ਯੂਥ ਨੇ ਜਿਹੜੇ ਨਵੇਂ ਆ ਰਹੇ ਨੇ, ਉਹ ਕਿਤੇ ਨਾ ਕਿਤੇ ਸਿੱਖੀ ਦਾ ਜਿਹੜਾ ਕਿ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ, ਜਿਨ੍ਹਾਂ ਨੂੰ ਆਪਣੀ ਹਿਸਟਰੀ ਦਾ ਜਾਣੂ ਕਰਨ ਦਾ ਬਹੁਤ ਹੀ ਆਨੰਦ ਆਉਂਦਾ ਵਾ। ਉਸਦੇ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਹਿਸਟੋਰੀਅਨ ਸਿਮਰ ਸਿੰਘ ਮੌਜੂਦ ਨੇ, ਜਿਹੜੇ ਕਿ ਯੰਗੈਸਟ ਹਿਸਟੋਰੀਅਨਸ ਨੇ ਜਿਹੜੇ ਕਿ ਸਿੱਖ ਇਤਿਹਾਸ ਬਾਰੇ ਜਾਣਕਾਰੀ ਰੱਖਦੇ ਨੇ, ਅਤੇ ਹੋਰ ਵੀ ਸਿੱਖ ਇਤਿਹਾਸ ਬਾਰੇ ਜੋ ਹੈ ਕਿ ਹੋਰ ਖੋਜ ਕਰਦੇ ਨੇ ਕਿ ਜਿਹੜਾ ਅਸਲ ਜਿਹੜਾ ਇਤਿਹਾਸ ਹੈ ਸਾਨੂੰ ਪਤਾ ਲੱਗੇ। ਅੱਜ ਉਹ ਅੰਮ੍ਰਿਤਸਰ ਪੁੱਜੇ ਨੇ ਅਤੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਸਾਰਿਆਂ ਇਤਿਹਾਸ ਬਾਰੇ ਕਿਸ ਤਰ੍ਹਾਂ ਉਹਨਾਂ ਦੀ ਰੁਚੀ ਪਈ ਹੈ, ਅਤੇ ਸਾਰੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਟਾਈਮ ਦੇਣ ਲਈ ਜੀ। ਅਤੇ ਮੈਂ ਤੁਹਾਡਾ ਕਿੱਦਾਂ ਰੁਝਾਨ ਪਿਆ, ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਕਿਸ ਤਰ੍ਹਾਂ ਤੁਹਾਡਾ ਰੁਝਾਨ ਪਿਆ ਇਸ ਦੇ ਵਿੱਚ? ਵੇਖੋ ਮੈਂ ਅਕਸਰ ਹੀ ਗੱਲ ਕਹਿੰਦਾ ਹੁੰਦਾ, ਜਿਹੜਾ ਸਾਡਾ ਇਤਿਹਾਸ ਆ ਉਹ ਸਾਨੂੰ ਇੰਨਾ ਕੁ, ਬਿਕੋਜ਼ ਸਾਡੀ ਰੂਟਸ 'ਤੇ, ਅਤੇ ਗੱਲ ਕਰੀਏ ਇਤਿਹਾਸ ਵੱਲ ਮੇਰੇ ਰੁਝਾਨ ਦੀ, ਕਿਉਂਕਿ ਇੱਕ ਆਮ ਪੰਜਾਬ ਵਿੱਚ ਜੋ ਚੱਲ ਰਿਹਾ ਵੀ ਅਸੀਂ ਜ਼ਿਆਦਾਤਰ ਲੋਕਾਂ ਦੇ ਕੇਸ ਕਤਲ ਕਰਾਏ ਹੋਏ ਨੇ, ਅਤੇ ਕਹਿੰਦੇ ਜੀ ਮੈਂ ਵੀ ਉਸ 2018 ਵਿੱਚ ਉਹਨਾਂ ਇੱਕ ਬੱਚਿਆਂ ਵਿੱਚੋਂ ਇੱਕ ਸੀ ਜਿਹਦੇ ਕੇਸ ਕਤਲ ਕਰਾਏ ਸੀ। ਨੋਰਮਲ ਲਾਈਫ ਚੱਲ ਰਹੀ ਸੀ, ਅਤੇ ਨੋਰਮਲ ਲਾਈਫ ਦੇ ਚੱਲਦਿਆਂ 2018 ਵਿੱਚ ਜਿੱਥੇ ਮੈਂ ਜਿਸ ਲਾਇਬ੍ਰੇਰੀ ਵਿੱਚ ਮਤਲਬ ਜਿਸ ਕਮਰੇ ਵਿੱਚ ਮੈਂ ਰਹਿੰਦਾ ਸੀ, ਉਸ ਕਮਰੇ ਵਿੱਚ ਲਾਇਬ੍ਰੇਰੀ ਹੁੰਦੀ ਸੀ, ਅਤੇ ਉਹ ਪੜਦਾਦਾ ਜੀ ਦਾ ਕਮਰਾ ਸੀ। ਕਹਿੰਦੇ ਜੀ ਇੱਕ ਵਾਰ ਮੈਂ ਉੱਥੇ ਕਿਤਾਬ ਪੜ੍ਹੀ ਜਿਹਦਾ ਨਾਂ ਸੀ ਅਕਾਲੀ ਮੋਰਚਾ ਅਤੇ ਝੱਬਰ, ਕਿਉਂਕਿ ਮੈਂ ਕਿਸੇ ਵਿਦੇਸ਼ੀ ਕੰਟਰੀ ਵਿੱਚ ਇੱਕ ਐਗਜੀਬਿਸ਼ਨ ਲਾਉਣ ਜਾਣੀ ਸੀ ਪੇਂਟਿੰਗਸ ਦੀ, ਅਤੇ ਉਹਦਾ ਜਿਹੜਾ ਟੋਪਿਕ ਸੀ ਉਹ ਸੀਗਾ ਇੰਡੀਅਨ ਕਲਚਰ, ਅਤੇ ਮੈਨੂੰ ਲੱਗਿਆ ਵੀ ਇਸ ਕਮਰੇ 'ਚ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਮਿਲ ਸਕਦੀਆਂ ਜਿਹੜੀਆਂ ਇੰਡੀਅਨ ਕਲਚਰ ਨਾਲ ਰਿਲੇਟਡ ਹੋਣ। ਕਹਿੰਦੇ ਜੀ ਉਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ, ਅਤੇ ਕਿਤਾਬ ਦੇ ਪੜ੍ਹਨ ਦੇ ਅੰਤ ਵਿੱਚ ਜਦੋਂ ਇੱਕ ਮੈਨੂੰ ਚੈਪਟਰ ਬੜਾ ਇੰਟਰਸਟਿੰਗ ਲੱਗਿਆ ਜਿਹਦਾ ਨਾਂ ਸੀ ਸੰਤ ਸ਼ਹੀਦ ਪ੍ਰਿਥੀਪਾਲ ਸਿੰਘ। ਕਹਿੰਦੇ ਜੀ ਉਹ ਚੈਪਟਰ ਮੈਂ ਜਦੋਂ ਪੜ੍ਹਿਆ ਅਤੇ ਉਸ ਚੈਪਟਰ ਵਿੱਚੋਂ ਮੈਨੂੰ ਇੱਕ ਅਨੋਖਾ ਇਤਿਹਾਸ ਸਿੱਖਾਂ ਦਾ
ਵੇਖਣ ਨੂੰ ਮਿਲਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਰਬ ਦੀ ਧਰਤੀ 'ਤੇ ਜਾਂਦੇ ਨੇ ਅਤੇ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇੱਕ ਸ਼ਖਸ ਹੋਇਆ, ਕਿਉਂਕਿ ਅਸੀਂ ਜਦੋਂ ਸਿੱਖ ਇਤਿਹਾਸ ਦੇ ਮੁੱਢਲੇ ਸਰੋਤਾਂ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਜਨਮ ਸਾਖੀਆਂ ਆਉਂਦੀਆਂ ਨੇ, ਲੇਕਿਨ ਜਨਮ ਸਾਖੀਆਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਲੇ ਜਿਹੜਾ ਅੱਖੀ ਡਿੱਠਾ ਬਿਰਤਾਂਤ ਇੱਕ ਸ਼ਖਸ ਹੋਇਆ ਜਿਹਦਾ ਨਾਂ ਸੀ ਤਾਜੁੱਦੀਨ ਰਾਨੀ ਮੁਫਤ ਨਕਸ਼ਬੰਦੀ। ਤਾਜੁੱਦੀਨ ਨਕਸ਼ਬੰਦੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਵੇਂ ਅਸੀਂ ਭਾਈ ਗੁਰਦਾਸ ਜੀ ਦੀ ਵਾਰਾਂ 'ਚ ਪੜ੍ਹਦੇ ਹਾਂ ਕਿ ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰਿਆ ਬਨਵਾਰੀ, ਆਸਾ ਹੱਥ ਕਿਤਾਬ ਕੱਚ ਕੁੱਜਾ ਵਾਂਗ ਮਸੱਲਾ ਧਾਰੀ, ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਬੇ ਦੀ ਧਰਤੀ 'ਤੇ ਅਰਬ ਦੀ ਧਰਤੀ 'ਤੇ ਜਾਂਦੇ ਨੇ ਅਤੇ ਉਹ ਸ਼ਖਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ 2 ਸਾਲ ਰਿਹਾ ਅਤੇ ਜੋ ਕੁਝ ਉਸਨੇ ਆਪਣੇ ਅੱਖੀ ਵੇਖਿਆ ਅਤੇ ਉਹ ਲਿਖਿਆ, ਉਸ ਵਿੱਚ ਉਹਨੇ ਇਹ ਵੀ ਲਿਖਿਆ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰੀਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਧਰਤੀ 'ਤੇ ਜਾ ਕੇ ਇਹ ਪੈਗਾਮ ਦਿੱਤਾ ਕਿ ਰੱਬ ਹਰ ਥਾਂ ਵਸਦਾ, ਕਹਿੰਦੇ ਜੀ ਉਸ ਜਿਹੜਾ ਉਸ ਤੋਂ ਬਾਅਦ ਉਸ ਇਤਿਹਾਸਕ ਤੁਸੀਂ ਘਟਨਾਕ੍ਰਮ ਲਗਾ ਲਓ ਜਾਂ ਇੱਕ ਇਤਿਹਾਸਕ ਗੁਰੂ ਸਾਹਿਬ ਜੀ ਦੇ ਸੰਦੇਸ਼ ਤੋਂ ਉਪਰੰਤ, ਕਹਿੰਦੇ ਉੱਥੇ ਦਾ ਇੱਕ ਕਾਜ਼ੀ ਸੀ ਜਿਹਦਾ ਨਾਂ ਸੀ ਕਾਜ਼ੀ ਰੁਕਨਉਦੀਨ, ਕਹਿੰਦੇ ਜੀ ਉਹ ਜਦੋਂ ਕਾਜ਼ੀ ਰੁਕਨਉਦੀਨ ਆਇਆ ਗੁਰੂ ਨਾਨਕ ਮਹਾਰਾਜ ਜੀ, ਉਹਨੂੰ ਪਤਾ ਲੱਗਿਆ ਵੀ ਇੱਕ ਸ਼ਖਸ ਆਇਆ ਜਿਹੜਾ ਖੁਦਾ ਦੇ ਘਰ ਦੇ ਵੱਲ ਪੈਰ ਕਰਕੇ ਲੇਟ ਗਿਆ, ਕਹਿੰਦੇ ਜੀ ਉਹ ਕਾਫਰ ਆਇਆ, ਉਹਨਾਂ ਨੇ ਕਿਹਾ ਵੀ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਾਰਨ ਲਈ ਤੁਰ ਪਏ। ਕਹਿੰਦੇ ਜਦੋਂ ਕਾਜ਼ੀ ਸਾਹਿਬ ਆਏ ਨੇ ਸਭ ਤੋਂ ਪਹਿਲਾਂ ਬੈਠੇ ਨੇ ਅਤੇ ਉਹਨਾਂ ਨੇ ਕਿਹਾ ਅਸਲਾਮ ਵਾਲੇਕੁਮ, ਅਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ, ਕਿ ਇਹ ਜਿਹੜਾ ਖਾਲਸੇ ਦਾ ਜੰਗੀ ਨਾਰਾ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਵਰਤਿਆ ਆ, ਕਿਉਂਕਿ ਦੇਖੋ ਅੱਜ ਕੱਲ੍ਹ ਅਸੀਂ ਜਦੋਂ ਵੀ ਕਿਸੇ ਨੂੰ ਗ੍ਰੀਟਿੰਗ ਕਰਦੇ ਹਾਂ ਕਿਸੇ ਭਾਵ ਦੇ ਨਾਲ ਕਰਦੇ ਹਾਂ ਜਾਂ ਕਿਸੇ ਨੂੰ ਇੱਕ ਐਂਟੀਟੀ ਰੱਖ ਕੇ ਕਰਦੇ ਹਾਂ, ਅਸੀਂ ਕਿਸੇ ਵੀ ਥਾਂ 'ਤੇ ਉੱਪਰ ਜਾਵਾਂਗੇ ਉੱਥੇ ਵੱਡੀ ਛੋਟੀ ਕੁਰਸੀ ਲੱਗੀ ਹੋਊਗੀ ਜਿਹੜੀ ਤੁਹਾਨੂੰ ਅਹਿਸਾਸ ਦਵਾਊਗੀ ਵੀ ਉਹ ਬੰਦਾ ਵੱਡਾ ਹੈ ਜਾਂ ਉਹ ਬੰਦਾ ਸੱਚਾ ਹੈ ਉਹ ਝੂਠਾ ਹੈ ਕੀ ਹੈ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤ 'ਤੇ ਸੀਗਾ ਸਤਿ ਸ਼੍ਰੀ ਅਕਾਲ, ਉਹ ਸੱਚਾ ਅਕਾਲ ਰਹਿਤ ਪਰਮਾਤਮਾ, ਉਹ ਸੱਚ ਇਹ ਵਾਲਾ ਨਹੀਂ ਜਿਹੜਾ ਅਸੀਂ ਸੱਚ ਝੂਠ ਕਰਦੇ ਹਾਂ, ਕਹਿੰਦੇ ਉਹ ਸੱਚ ਸਦੀਵੀ ਰਹਿਣ ਵਾਲਾ ਸੱਚ, ਉਹ ਪਰਮਾਤਮ ਦੀ ਜੋਤ, ਉਸਨੂੰ ਹੀ ਨਾ ਮੰਨਿਆ, ਕਹਿੰਦੇ ਜੀ ਉਹੀ ਸੱਚਾ ਆ। ਕਹਿੰਦੇ ਜੀ ਉਸ ਉਪਰੰਤ ਕਾਜ਼ੀ ਸਾਹਿਬ ਦੇ 360 ਸਵਾਲ ਹੋਏ ਨੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਧਰਤੀ 'ਤੇ ਜਿਹੜੀ ਦਾਤ ਵੰਡੀ ਹੈ ਸੱਤ ਕਰਤਾਰ ਚਿੱਤਾ ਹੋਵੇ, ਕਿਉਂਕਿ ਅਸੀਂ ਬਾਬਿਆਂ ਕੋਲ ਅੱਜ ਕੱਲ੍ਹ ਜਾਵਾਂਗੇ ਲੋਕਾਂ ਨੂੰ ਕਹਿੰਦੇ ਨੇ ਪੁੱਤਰਾਂ ਦੀ ਦਾਤ ਦੇਵੇ ਰੱਬ, ਤੈਨੂੰ ਰੱਬ ਫਲਾਣੀ ਦਾਤ ਦੇਵੇ ਖੁਸ਼ ਰੱਖੇ, ਗੁਰੂ ਨਾਨਕ ਸਾਹਿਬ ਕੋਲ ਲੋਕ ਜਾਂਦੇ ਸੀ ਗੁਰੂ ਨਾਨਕ ਸਾਹਿਬ ਇੱਕੋ ਦਾਤ ਦਿੰਦੇ ਸੀ ਸੱਤ ਕਰਤਾਰ ਚਿੱਤਾਵੇ, ਉਹ ਸੱਚਾ ਕਰਤਾਰ ਹੀ ਚਿੱਤੇ ਆਵੇ। ਕਹਿੰਦੇ ਜਿਸ ਵਕਤ ਉਹ ਸੱਚੇ ਕਰਤਾਰ ਨੇ ਤੇਰੀ ਬਾਂਹ ਫੜ ਲਈ, ਦੁਨੀਆ ਦਾ ਕੋਈ ਸ਼ਖਸ ਨਹੀਂ ਹੋਊਗਾ ਜਿਹੜਾ ਤੈਨੂੰ ਦੁੱਖ ਦੇ ਸਕਦਾ ਹੋਊਗਾ। ਕਹਿੰਦੇ ਜੀ ਕਾਜ਼ੀ ਰੁਕਨਉਦੀਨ ਸਾਹਿਬ ਨੇ ਜਿਹੜਾ ਇਹ 360 ਸਵਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀਤੇ ਨੇ ਅਤੇ ਕਹਿੰਦੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਦੇ ਸਿੱਖ ਬਣ ਗਏ ਨੇ। ਹੁਣ ਇੱਥੇ ਗੱਲ ਆਉਂਦੀ ਹੈ, ਕਈ ਲੋਕ ਇਸ 'ਤੇ ਤਰਕ ਕਰਦੇ ਨੇ ਜੀ ਸਿੱਖ ਖਾਲਸਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆਇਆ, ਲੇਕਿਨ ਮੈਂ ਕਹਿੰਦਾ ਜਿਹੜੀ ਸਿੱਖੀ ਦਾ ਸਿਧਾਂਤ ਆ ਉਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਇਆ। ਪਰ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਜਿਹੜੇ ਨਿਹੰਗ ਸਿੰਘ ਨੇ ਜਾਂ ਕੋਈ ਵੀ ਆਪਣੇ ਧਰਮ ਦੇ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਨੇ, ਪਰ ਦੇਖਿਆ ਜਾਵੇ ਤਾਂ ਸਿੱਖੀ ਦਾ ਮੇਨ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ। ਤੁਸੀਂ ਦੱਸ ਰਹੇ ਕਿ ਹੁਣ ਸਤਿ ਸ਼੍ਰੀ ਅਕਾਲ ਮੇਨ ਗੁਰੂ ਨਾਨਕ ਦੇਵ ਜੀ ਤੋਂ ਪ੍ਰਚਲਿਤ ਨਹੀਂ, ਵੇਖੋ ਜਿਹੜਾ ਸਾਡੀ ਫਤਿਹ ਹੈ ਨਾ, ਹੁਣ ਆਪਾਂ ਵੀ ਮਿਲਣ ਤੋਂ ਪਹਿਲਾਂ ਫਤਿਹ ਬੁਲਾਏ, ਠੀਕ ਹੈ, ਫਤਿਹ ਗੁਜਾਏ, ਉਹ ਕਹਿੰਦੇ ਵੀ ਆਗੇ ਪਾਵਤ ਸਿੰਘ ਜੋ ਆਵੇ, ਮਤਲਬ ਉਹ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਬੁਲਾਵਤ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੋ ਗਿਆ ਫਤਿਹ ਬੁਲਾਉਣ ਦਾ, ਕਿਉਂਕਿ ਫਤਿਹ ਦੇਖੋ ਗੱਲ ਇਹ ਆ ਵੀ ਇੱਥੇ ਗੱਲ ਆ ਵੀ ਇਤਿਹਾਸ ਦੀ, ਹੁਣ ਸਹੀ ਕਈ ਸਾਰੀ ਸਾਨੂੰ ਘਟਨਾਵਾਂ ਦਰਜ ਵਿੱਚ ਮਿਲਣਗੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 2 ਕਿਰਪਾਨਾਂ ਧਾਰਨ ਕੀਤੀਆਂ ਨੇ, ਇੱਕ ਮੀਰੀ ਦੀ ਅਤੇ ਪੀਰੀ ਦੀ। ਇਤਿਹਾਸ 'ਚ ਨਾ ਬੜੇ ਸਾਰੇ ਇਗਜ਼ਾਮਪਲ ਸਾਨੂੰ ਮਿਲਦੇ ਨੇ, ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਤੁਸੀਂ ਕਹਿ ਲਓ ਹੁਕਮ ਕਰ ਦਿੱਤਾ ਖਾਲਸੇ ਨੂੰ ਸਾਜਣ ਤੋਂ ਬਾਅਦ, ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਫਤਿਹ ਹੀ ਬੁਲਾਈਏ। ਲੇਕਿਨ ਇਤਿਹਾਸਕ ਤੌਰ ਦੇ ਉੱਪਰ ਜਦੋਂ ਕਹਿੰਦੇ ਕਾਜ਼ੀ ਰੁਕਨਉਦੀਨ ਸਾਹਿਬ ਮਹਾਰਾਜ, ਕਾਜ਼ੀ ਰੁਕਨਉਦੀਨ ਸਾਹਿਬ ਮਹਾਰਾਜ ਦੇ ਮੁਰੀਦ ਬਣ ਜਾਂਦੇ ਨੇ, ਕਹਿੰਦੇ ਉਹਨਾਂ ਦੇ ਇੱਕ ਤੁਸੀਂ ਕਹਿ ਲਓ ਗੁਰੂ ਨਾਨਕ ਨੂੰ ਮੁਰਸ਼ਦ ਧਾਰ ਲਿਆ ਆਪਣਾ, ਅਤੇ ਕਹਿੰਦੇ ਉਸ ਵਕਤ ਉੱਥੇ ਦੇ ਹੁਕਮਰਾਮਾ ਨੇ 8 ਫਤਵੇ ਦੇ ਕੇ ਕਾਜ਼ੀ ਸਾਹਿਬ ਨੂੰ ਸ਼ਹੀਦ ਕੀਤਾ, ਕਾਜ਼ੀ ਸਾਹਿਬ ਸਿੱਖ, ਅਤੇ ਤੁਸੀਂ ਵੇਖੋ ਉਸ
ਦੌਰਾਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕਿਉਂਕਿ ਇਹ ਮੈਨੂੰ ਲੱਗਦਾ ਉਹ ਸ਼ਹੀਦੀ ਆ ਜਿਹੜੀ ਸ਼ਹੀਦੀ ਸਾਨੂੰ ਇਗਜ਼ਾਮਪਲ ਦਿੰਦੀ ਹੈ ਕਿ ਜਿਵੇਂ ਜਿਸ ਤਰੀਕੇ ਸਾਡੇ ਸਿੱਖਾਂ ਨੇ ਬੰਦ ਬੰਦ ਕਟਵਾ ਕੇ ਸ਼ਹੀਦੀ ਤੱਕ ਦੇ ਦਿੱਤੀ, ਖੋਪੜੀਆਂ ਤੱਕ ਲੁਹਾਈਆਂ, ਆਪਣਾ ਸਿੱਖੀ ਸਦਕ ਨਾ ਛੱਡਿਆ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਂ ਜਿਹੜਾ ਦਰਸ਼ਨ ਵੀ ਕਰ ਲੈਂਦਾ ਸੀ, ਅਤੇ ਅੱਜ ਵੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚੋਂ ਦਰਸ਼ਨ ਕਰ ਸਕਦੇ ਹਾਂ ਨਾ। ਅਤੇ ਵੈਸੇ ਦੇਖਿਆ ਜਾਵੇ ਕਈ ਵੈਸੇ ਸਾਡੇ ਜਿਹੜੇ ਧਰਮ ਦੀ ਗੱਲ ਕੀਤੀ ਜਾਵੇ ਮੂਰਤੀ ਪੂਜਾ ਨਹੀਂ ਮੰਨਦੇ, ਹੈ ਨਾ, ਕਈ ਇੱਥੇ ਲਿਖਿਆ ਹੋਇਆ ਕਿ ਕਹਿੰਦੇ ਮੂਰਤੀ ਪੂਜਾ ਨਹੀਂ ਮੇਨ, ਕਹਿੰਦੇ ਨੇ ਕਿ ਜਿਹੜੀ ਬਾਣੀ ਹੈ ਉਹੀ ਅਸਲ ਗੁਰੂ ਹੈ ਜਿਹਨੂੰ ਮੰਨਦੇ, ਪਰ ਲੋਕ ਜਿਹੜੇ ਨੇ ਜਿਹੜੇ ਫੋਟੋਆਂ ਦੇ ਵਿੱਚ ਜ਼ਿਆਦਾ ਮੰਨਦੇ ਨੇ ਮੂਰਤੀ ਪੂਜਾ, ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਅਸਲ 'ਚ ਤਾਂ ਬਾਣੀ ਹੀ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਕਹੀ ਹੋਈ ਹੈ? ਦੇਖੋ ਗੁਰਬਾਣੀ ਦਾ ਖੁਦਾ ਸਿਧਾਂਤ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤਸਾਰ ਹੈ, ਉਹ ਜਿਹੜੀ ਬਾਣੀ ਸਾਡੀ ਗੁਰੂ ਹੈ, ਜਿਹੜੀ ਅੰਤਰ ਸਰੂਪ ਜੋਤ ਆ ਅਸੀਂ ਗੁਰਬਾਣੀ 'ਚੋਂ ਦੇਖ ਸਕਦੇ ਹਾਂ। ਮੈਨੂੰ ਲੱਗਦਾ ਉਹ ਕਿਸੇ ਤਸਵੀਰਾਂ 'ਚ ਨਹੀਂ ਦੇਖ ਸਕਦੇ ਅਸੀਂ, ਤਸਵੀਰਾਂ ਤਾਂ ਉਸ ਇੱਕ ਸਰੀਰਕ ਰੂਪ ਦੀਆਂ ਬਣ ਸਕਦੀਆਂ ਨੇ, ਲੇਕਿਨ ਉਹ ਜਿਹੜਾ ਇੱਕ ਰੂਹਾਨੀ ਸਰੂਪ ਆ ਨਾ, ਉਸਦੀ ਤਸਵੀਰ ਕੇਵਲ ਔਰ ਕੇਵਲ ਗੁਰਬਾਣੀ 'ਚੋਂ ਤੁਸੀਂ ਲੈ ਸਕਦੇ ਹਾਂ। ਅਤੇ ਕਹਿੰਦੇ ਵੀ ਜਿਸ ਵਕਤ ਕਾਜ਼ੀ ਰੁਕਨਦੀਨ ਸਾਹਿਬ ਮਹਾਰਾਜ ਨੂੰ ਅਤੇ ਮਤਲਬ ਉੱਥੇ ਮਹਾਰਾਜ ਦਾ ਸਿੱਖ ਬਣਨ ਕਰਕੇ ਸ਼ਹੀਦ ਕਰ ਦਿੱਤਾ, ਅਤੇ ਕਹਿੰਦੇ ਉਹ ਸਾਰਾ ਸ਼ਖਸ ਜਿਹੜਾ ਉਸ ਤਾਜੁੱਦੀਨ ਨਕਸ਼ਬੰਦੀ ਨੇ ਲਿਖਿਆ, ਅਤੇ ਕਹਿੰਦੇ ਉਹ ਸਫ਼ਰਨਾਮਾ ਉਹਨੇ ਮਦੀਨੇ ਦੇ ਮਦਰੱਸੇ 'ਚ ਜਮ੍ਹਾਂ ਕਰਾ ਦਿੱਤਾ, ਅਤੇ ਮਦੀਨੇ ਦੇ ਮਦਰੱਸੇ ਵਿੱਚ 1927 'ਚ ਇੱਕ ਸ਼ਖਸ ਸੀ ਜਿਹਦਾ ਨਾਂ ਸੀ ਸੈਯਦ ਮੁਸ਼ਤਾਕ ਹੁਸੈਨ ਸ਼ਾਹ, ਉਹ ਕਹਿੰਦੇ ਪੜ੍ਹਦਾ ਅਤੇ ਉਹਨੂੰ ਬਹੁਤ ਸਾਰੀਆਂ ਇੰਟਰਸਟਿੰਗ ਇੱਕ ਕਿਤਾਬ ਹੈ ਸਿਹਤੋਂ ਬਾਬਾ ਨਾਨਕ, ਤੁਸੀਂ ਪੜ੍ਹ ਸਕਦੇ ਹੋ ਉਸ 'ਚ ਇਸ 'ਚ ਡਿਟੇਲ ਬਾਰੇ ਲਿਖਿਆ। ਕਹਿੰਦੇ ਜੀ ਉਹ ਪੜ੍ਹ ਕੇ ਬੜਾ ਜ਼ਿਆਦਾ ਉਹਨੇ ਪੜ੍ਹੀ ਹੈ ਕਿਤਾਬ, ਕਹਿੰਦੇ ਆਪਣੇ ਅੱਬੂ ਦੇ ਨਾਲ ਮੀਰਪੁਰ ਦੇ ਸ਼ਾਹੀ ਘਰਾਣੇ 'ਚ ਹੋਇਆ, ਅਤੇ ਕਹਿੰਦੇ ਆਪਣੇ ਅੱਬੂ ਦੇ ਨਾਲ ਉੱਥੇ ਹੱਜ 'ਤੇ ਜਾਂਦਾ ਅਤੇ ਉਹਨੂੰ ਇੱਕ ਕਿਤਾਬ ਪੜ੍ਹਨ ਨੂੰ ਮਿਲਦੀ ਆ, ਉਹ 'ਚ ਤਾਲੀਮ ਹਾਸਲ ਕਰਦੇ, ਉਹੀ ਕਿਤਾਬ ਜਿਹੜੀ ਤਾਜੁੱਦੀਨ ਨਕਸ਼ਬੰਦੀ ਨੇ 2 ਸਾਲ ਦਾ ਸਫ਼ਰਨਾਮਾ ਅੱਖੀ ਡਿੱਠਾ ਲਿਖਿਆ। ਕਹਿੰਦੇ ਉਹ ਕਿਤਾਬ ਪੜ੍ਹ ਕੇ ਬੜਾ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ, ਅਤੇ ਬਾਅਦ 'ਚ ਬਹੁਤ ਲੰਬੀ ਗਾਥਾ ਹੈ ਕਿ ਕਿਸ ਤਰੀਕੇ ਉਹ ਸਿੱਖ ਸੱਜ ਜਾਂਦੇ ਨੇ। ਮੇਨ ਗੱਲ ਕਰੀਏ ਤੁਹਾਡਾ ਮੇਨ ਮੋਟਿਵ ਕੀ ਆ, ਦੇਖਿਆ ਜਾਵੇ ਤਾਂ ਤੁਸੀਂ ਵੀ ਇਤਿਹਾਸ ਨੂੰ ਹੁਣ ਮੈਂ ਅਸੀਂ ਦੇਖਿਆ ਤੁਹਾਡੇ ਕਿ ਤੁਸੀਂ ਇਤਿਹਾਸ ਇਕੱਠਾ ਕਰ ਰਹੇ ਹੋ, ਦੇਖ ਰਹੇ ਹੋ, ਜਾਂਦੇ ਹੋ, ਤੁਹਾਡੀ ਵੀਡੀਓਜ਼ ਵੀ ਅਸੀਂ ਦੇਖੀਆਂ ਜਿੱਥੇ ਬਿਲਡਿੰਗ ਢਾਈ ਹੋਈ ਆ, ਤੁਸੀਂ ਉੱਥੇ ਉੱਥੇ ਜਾ ਕੇ ਤੁਸੀਂ ਕਰ ਰਹੇ ਹੋ, ਮੇਨ ਤੁਹਾਡਾ ਮੋਟਿਵ ਕੀ ਹੈ ਕਿ ਤੁਸੀਂ ਆਪਾਂ ਕੱਢਣਾ ਚਾਹੁੰਦੇ ਕਿ ਹੋਰ ਇਤਿਹਾਸ ਪਤਾ ਲੱਗੇ? ਦੇਖੋ ਮੇਰਾ ਮੋਟਿਵ ਇੰਨਾ ਹੈ ਕਿ ਅਸੀਂ ਹਰ ਰੋਜ਼ ਇੱਕ ਤੁਸੀਂ ਵੇਖੋ ਆਪਾਂ ਹਰ ਰੋਜ਼ ਇੱਕ ਰੋਟੀ ਖਾਂਦੇ ਹਾਂ, ਇੱਕ ਸਪੋਜ਼ ਕਰੋ ਭੋਜਨ ਛਕਦੇ ਹਾਂ, ਮੈਨੂੰ ਸਾਫ਼ ਸ਼ਬਦਾਂ 'ਚ ਕਹਾਂਗਾ, ਅਤੇ ਕਹਿੰਦੇ ਜਿਸ ਵਕਤ ਅਸੀਂ 100 ਦਿਨਾਂ ਤੱਕ ਇੱਕ ਲੰਬਾ ਇੱਕ ਭੋਜਨ ਛੱਕੀ ਜਾ ਰਹੇ ਹਾਂ, ਅਤੇ ਕਹਿੰਦੇ ਵੀ ਜੰਕ ਫੂਡ ਛੱਕੀ ਜਾ ਰਹੇ ਹਾਂ, ਅਤੇ ਕਹਿੰਦੇ ਜਦੋਂ ਬਿਮਾਰ ਹੋ ਜਾਂਗੇ ਤਾਂ ਡਾਕਟਰ ਕੋਲ ਜਾਣਾ ਪਊਗਾ, ਅਤੇ ਡਾਕਟਰ ਜਾ ਕੇ ਕਹਿੰਦੇ ਸਭ ਤੋਂ ਪਹਿਲਾਂ ਪ੍ਰਿਸਕ੍ਰਿਪਸ਼ਨ ਦੇ ਉੱਪਰ ਲਿਖਦਾ ਵੀ ਘਰ ਦਾ ਬਣਿਆ ਸਾਦਾ ਭੋਜਨ ਛਕੋ। ਕਹਿੰਦੇ ਉਸੇ ਤਰੀਕੇ ਅਸੀਂ ਹਾਂ ਕਿ ਅਸੀਂ ਇੱਕ ਲੰਬੇ ਤੌਰ ਦੇ ਉੱਪਰ ਸਮਾਜ ਵਿੱਚ ਜੋ ਲੱਚਰਤਾ ਅਤੇ ਸਮਾਜ ਵਿੱਚ ਜੋ ਤੁਸੀਂ ਵੇਖੋ ਗੁਰਮਤ ਵਿਰੋਧੀ ਕਾਰਜ, ਗੁਰਮਤ ਇਹ ਨਹੀਂ ਹੈ ਵੀ ਤੁਸੀਂ ਕੇਵਲ ਔਰ ਕੇਵਲ ਸਰੂਪ ਧਾਰਨ ਕਰੋ, ਗੁਰਮਤ ਇਹ ਵੀ ਹੈ ਕਿ ਜੋ ਖਾਲਸੇ ਦਾ ਸਿਧਾਂਤ ਰਿਹਾ ਮੁੱਢ ਤੋਂ, ਜਿਹੜਾ ਅਸੀਂ ਗੁਰਬਾਣੀ ਦੇ ਅਨੁਕੂਲ ਪੜ੍ਹ ਸਕਦੇ ਹਾਂ, ਕਹਿੰਦੇ ਜੀ ਉਸ ਨੂੰ ਧਾਰੀਏ। ਅਤੇ ਕਹਿੰਦੇ ਵੀ ਜਿਸ ਵਕਤ ਅਸੀਂ ਸਮਾਜ ਵਿੱਚ ਹਰ ਜਿਵੇਂ ਅਸੀਂ ਜੰਕ ਫੂਡ ਛੱਕ ਕੇ ਬਿਮਾਰ ਹੋ ਜਾਂਦੇ ਹਾਂ ਨਾ ਕਈ ਬਹੁਤ ਲੰਬੇ ਸਮੇਂ ਤੱਕ, ਕਹਿੰਦੇ ਜੀ ਉਸੇ ਤਰੀਕੇ ਦੇ ਨਾਲ ਹਰ ਚੀਜ਼ ਦਾ ਬੈਲੈਂਸ ਰੱਖਣਾ ਜ਼ਰੂਰੀ ਹੁੰਦਾ। ਅੱਜ ਦੇ ਸਮੇਂ 'ਚ ਮੈਨੂੰ ਲੱਗਦਾ ਅਸੀਂ ਹਰ ਰੋਜ਼, ਕਿਉਂਕਿ ਹਰ ਰੋਜ਼ ਸਾਡੇ ਕੋਲ ਇੱਕ ਸੋਸ਼ਲ ਮੀਡੀਆ ਦਾ ਪਲੇਟਫਾਰਮ ਬੜਾ ਵੱਡਾ ਹੈ, ਉਹਦੇ ਵਿੱਚ ਸਾਨੂੰ ਇੱਕ ਬਹੁਤ ਵੱਡੇ ਲੈਵਲ ਦੇ ਉੱਪਰ ਕੋਈ ਇਤਿਹਾਸ ਦੀ ਗੱਲ ਨਹੀਂ ਕਰਦਾ। ਕਹਿੰਦੇ ਜੀ ਜਦੋਂ ਸਾਡੀ ਕੌਮ ਜਿਹੜੀ ਆਉਣ ਵਾਲਾ ਭਵਿੱਖ ਹੈ, ਕਹਿੰਦੇ ਜੀ ਉਹ ਜਦੋਂ ਮੈਲਾ ਹੋ ਜਾਏਗਾ ਨਾ, ਫਿਰ ਸਾਨੂੰ ਇਤਿਹਾਸ ਚੇਤੇ ਆਉਂਦਾ। ਜਦੋਂ ਸਾਡੇ ਨਾਲ ਕੁਛ ਕੁਛ ਮਾੜਾ ਹੋਇਆ ਉਦੋਂ ਸਾਨੂੰ ਇਤਿਹਾਸ ਚੇਤੇ ਆ ਜਾਂਦਾ। ਕਹਿੰਦੇ ਜੀ ਇੱਕ ਗਰਭਵਤੀ ਔਰਤ ਹੈਲਦੀ ਫੂਡ ਖਾਊਗੀ ਅਤੇ ਕਹਿੰਦੇ ਉਹਦਾ ਜਿਹੜਾ ਬੱਚਾ ਹੈ ਉਹ ਵੀ ਹੈਲਦੀ ਪੈਦਾ ਹੋਊਗਾ। ਉਸੇ ਤਰੀਕੇ ਅੱਜ ਸਾਡੀ ਕਮਿਊਨਿਟੀ ਹੈ, ਅੱਜ ਸਾਡਾ ਪੰਜਾਬ ਹੈ, ਧਰਤੀ ਹੈ, ਕਿ ਜੇਕਰ ਅਸੀਂ ਹੈਲਦੀ ਡਿਬੇਟਸ, ਹੈਲਦੀ ਡਿਸਕਸ਼ਨਸ, ਅੱਜ ਕੱਲ੍ਹ ਕੰਟਰੋਵਰਸੀਜ਼ ਬਹੁਤ ਜ਼ਿਆਦਾ ਵੱਧ ਚੁੱਕੀਆਂ, ਕਿ ਜੇ ਅਸੀਂ ਹੈਲਦੀ ਇਤਿਹਾਸ, ਹੈਲਦੀ ਤੋਂ ਭਾਵ ਇਤਿਹਾਸਕ ਚੀਜ਼ਾਂ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧ ਰੱਖਣ ਵਾਲੀਆਂ, ਕਿਉਂਕਿ ਕਹਿੰਦੇ ਨੇ ਕਿਸੇ ਧਰਤੀ ਨੂੰ ਕੋਈ
ਮਿੱਟੀ ਰੰਗਦੀ ਹੈ, ਲੇਕਿਨ ਪੰਜਾਬ ਦੀ ਧਰਤੀ ਨੂੰ ਤਾਂ ਖੂਨਾਂ ਖੂਨ ਨੇ ਰੰਗਿਆ। ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਖੜ੍ਹੇ ਹਾਂ, ਇੱਥੇ ਤਾਂ ਚੱਪੇ ਚੱਪੇ 'ਤੇ ਸ਼ਹੀਦਾਂ ਦਾ ਖੂਨ ਹੈ। ਕਹਿੰਦੇ ਜੀ ਜੇਕਰ ਅੱਜ ਦੁਬਾਰਾ ਸਾਡੇ ਪੰਜਾਬ ਵਿੱਚ ਕਹਿੰਦੇ ਉਹ ਸਾਡੇ ਲੱਚਰਤਾ ਆਉਣੀ ਸੀ ਜਾਂ ਤੁਸੀਂ ਵੇਖੋ ਵੀ ਇੰਨੇ ਜ਼ਿਆਦਾ ਇਤਿਹਾਸ ਟੁੱਟ ਜਾਣਾ ਸੀ, ਅਤੇ ਤੁਸੀਂ ਵੇਖੋ ਅਸੀਂ ਇਤਿਹਾਸ ਵੱਲ ਝਾਤ ਮਾਰੀਏ ਵੀ ਕਿੰਨਾ ਇੰਸਪਾਇਰਿੰਗ ਸਾਡਾ ਇਤਿਹਾਸ ਰਿਹਾ। ਦੁਨੀਆ 'ਤੇ ਇਕਲੌਤ ਬਾਅਦ ਐਸਾ ਮੈਨੂੰ ਲੱਗਦਾ ਮਰਦ ਗੰਬੜਾ ਹੋਊਗਾ ਜਿਹੜਾ ਉਹਦੇ ਲਖਤੇ ਜਿਗਰ ਉਹਦੇ ਸਾਹਮਣੇ ਤੋਂ ਸ਼ਹੀਦ ਹੋ ਰਹੇ ਨੇ ਅਤੇ ਜਕਾਰੇ ਛੱਡ ਰਿਹਾ ਜੀ। ਵੈਸੇ ਦੇਖਿਆ ਜਾਵੇ ਤਾਂ ਜਿਸ ਅੱਜ ਕੱਲ੍ਹ ਦਾ ਜਿਹੜਾ ਯੂਥ ਹੈ ਜੀ ਜ਼ਿਆਦਾਤਰ ਪਾਰਟੀਆਂ ਦੇ ਵਿੱਚ ਰੁੱਝਿਆ ਹੈ, ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਨੂੰ ਰੁੱਝਿਆ ਹੈ, ਪਰ ਇੱਕ ਪਾਸੇ ਤੁਸੀਂ ਉਹ ਜਿਹੜਾ ਇਤਿਹਾਸ ਵੱਲ ਆਪਣਾ ਮਤਲਬ ਕਿ ਅੱਗੇ ਸਟੈਪ ਰੱਖ ਲਿਆ, ਪਰ ਦੇਖਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕਿਹਾ ਸੀ ਮੈਨੂੰ ਮੇਰਾ ਭਾਵੇਂ ਪਰਿਵਾਰ ਵਾਰ ਜੇ ਪਰ ਮੈਂ ਆਪਣੇ ਗੁਰੂ ਦਾ ਜਿਹੜਾ ਇਤਿਹਾਸ ਉਸ ਨੂੰ ਸਾਂਭ ਕੇ ਰੱਖਾਂ। ਕਿਸ ਤਰ੍ਹਾਂ ਦੇਖਦੇ ਹੋ ਅੱਜ ਕੱਲ੍ਹ ਦਾ ਯੂਥ ਉਹ ਕਿਤੇ ਨਾ ਕਿਤੇ ਭਟਕਦਾ ਨਜ਼ਰ ਆ ਰਿਹਾ, ਪਰ ਤੁਸੀਂ ਆਪਣਾ ਜੋ ਉਹਨਾਂ ਯੂਥ ਨੂੰ ਕੀ ਕਹਿਣਾ ਚਾਹੋ? ਦੇਖੋ ਯੂਥ ਦਾ ਤਾਂ ਇਹ ਹੈ ਵੀ ਸਾਨੂੰ ਆਪਣੇ ਇਤਿਹਾਸ ਨੂੰ ਸਮਝਣ ਦੀ ਜ਼ਰੂਰਤ ਆ, ਠੀਕ ਹੈ। ਹੁਣ ਮੇਰੀ ਗੱਲ ਸੁਣੋ, ਅੱਜ ਜਿੰਨੀਆਂ ਵੀ ਤੁਹਾਨੂੰ ਲੱਗਦਾ ਵਿਦੇਸ਼ੀ ਯੂਨੀਵਰਸਿਟੀਜ਼ ਨੇ ਜਿਹੜੀਆਂ ਬੈਠੀਆਂ ਨੇ ਉਹ ਸਿੱਖ ਹਿਸਟਰੀ 'ਤੇ ਰਿਸਰਚ ਕਰਨ ਨੂੰ ਬੜੀਆਂ ਉਹ ਨੇ ਤਤਪਰ ਨੇ, ਤੁਸੀਂ ਵੇਖ ਲਓ। ਮੈਂ ਬਹੁਤ ਸਾਰੀਆਂ ਥਾਵਾਂ 'ਤੇ ਜਾਂਦਾ ਅਤੇ ਸਾਨੂੰ ਇਹ ਵੇਖਣ ਨੂੰ ਮਿਲਦਾ ਉਹਨਾਂ ਦਾ ਯੂਥ ਹੈ ਨਾ ਜਿਹੜਾ ਆਪਣੇ ਇਤਿਹਾਸ ਨਾਲ ਬਹੁਤ ਸੁਚੇਤ ਆ। ਸਾਡਾ ਯੂਥ ਆਪਣੇ ਇਤਿਹਾਸ ਨਾਲ ਸੁਚੇਤ ਨਹੀਂ ਹੈ। ਕਹਿੰਦੇ ਜੀ ਤੁਸੀਂ ਕਿਸੇ ਨੂੰ ਲੰਘੇ ਜਾ, ਅੱਜ ਕੱਲ੍ਹ ਜੋ ਮੈਜੋਰਿਟੀ ਕਿਸੇ ਨੂੰ ਲੰਘੇ ਜਾ ਰਹੇ ਹੋਵੋਗੇ ਉਹਨੂੰ ਪੁੱਛੋਗੇ ਪੱਗ ਕਿਉਂ ਬੰਨੀ ਹੈ, ਉਹ ਕਹੇਗਾ ਜੀ ਮੇਰੇ ਦਾਦਾ ਪੜਦਾਦਾ ਬੰਦੇ ਸੀ ਇਸ ਕਰਕੇ ਬੰਨੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਦਸਤ ਆ ਰਿਹਾ, ਦਸਤ ਭਾਵ ਹੱਥ ਅਤੇ ਯਾਰ ਭਾਵ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਗੁਰੂ ਦੀ ਕਿਰਪਾ ਦੇ ਨਾਲ ਜੋ ਸਾਨੂੰ ਦਸਤਾਰ ਮਿਲੀ ਹੈ ਉਹਦੇ ਪਿੱਛੇ ਕਿੰਨੀ ਵੱਡੀ ਸ਼ਹਾਦਤਾਂ ਨੇ। ਸਾਨੂੰ ਆਪਣੀ ਧਰਤੀ ਦਾ ਇਤਿਹਾਸ ਤੋਂ ਬੜੇ ਜ਼ਿਆਦਾ ਅਸੀਂ ਅਵੇਸਲੇ ਹਾਂ। ਅਤੇ ਕਹਿ ਮੇਰਾ ਕਹਿਣ ਤੋਂ ਭਾਵ ਇਹ ਇਤਿਹਾਸ, ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ, ਅੱਜ ਸਾਡੀ ਕਮਿਊਨਿਟੀ 'ਚ ਜੋਬ ਇੰਪਲੋਇਮੈਂਟਸ ਬਹੁਤ ਜ਼ਿਆਦਾ ਘੱਟ ਹੈ, ਸਾਡੀ ਸੰਸਥਾਵਾਂ ਦੇ ਢਾਂਚੇ ਬਹੁਤ ਜ਼ਿਆਦਾ ਟੁੱਟ ਚੁੱਕੇ ਨੇ। ਤੁਸੀਂ ਵੇਖੋ ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਸਨ ਉਹਨਾਂ ਦਾ ਐਜੂਕੇਸ਼ਨ ਸਿਸਟਮ ਕਿੰਨਾ ਉਹ ਸੀ, ਕਹਿੰਦੇ ਆ ਸਿੱਖਾਂ ਦੀ ਗਿਣਤੀ 'ਚ 50% ਹੈ, ਮਹਾਰਾਜਾ ਰਣਜੀਤ ਸਿੰਘ ਵੇਲੇ 13% ਸੀ, ਕਹਿੰਦੇ ਫਿਰ ਵੀ ਅਸੀਂ ਨੂੰ ਖਾਲਸਾ ਰਾਜ ਕਹਿੰਦੇ ਹਾਂ। ਜਿਹੜੀ ਖਾਲਸਾ ਰਾਜ ਦਾ ਸਿਧਾਂਤ ਹੈ ਉਹ ਕੁਆਂਟਿਟੀ 'ਤੇ ਨਹੀਂ, ਉਹ ਧਰਮ 'ਤੇ ਨਹੀਂ, ਉਹ ਤੁਹਾਡੀ ਸਕਿੱਲਸ ਦੇ ਉੱਪਰ ਡਿਵੈਲਪ ਕਰਦਾ। ਤੁਸੀਂ ਵੇਖੋ ਖਾਲਸਾ ਰਾਜ ਉਹ ਵੀ ਹੈ ਨਾ ਵੀ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ, ਮਤਲਬ ਤੁਸੀਂ ਵੇਖੋ ਉਹ ਸਿਧਾਂਤਕ ਤੌਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰਾਜ ਪੇਸ਼ ਕੀਤਾ। ਗੁਰੂ ਸਾਹਿਬ ਨੇ ਕਿਹਾ ਸੀ ਨਾ ਮੇਰੀ ਗੱਲ, ਹੁਣ ਇੱਥੇ ਗੱਲ ਯੂਥ ਦੀ ਆਉਂਦੀ ਆ, ਜਿਸ ਵਕਤ ਅਸੀਂ ਕਹਿੰਦੇ ਹਾਂ ਅਸੀਂ ਕਿਉਂ ਕਰੀਏ, ਕਹਿੰਦੇ ਜੀ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸ਼ਹੀਦ ਹੋ ਜਾਂਦੇ ਨੇ ਅਤੇ ਮਾਤਾ ਜੀ ਆ ਕੇ ਪੁੱਛਦੇ ਨੇ ਮੇਰੇ ਸਾਹਿਬਜ਼ਾਦੇ ਕਿੱਥੇ ਨੇ, ਅਤੇ ਕਹਿੰਦੇ ਗੁਰੂ ਸਾਹਿਬ ਨੇ ਸਾਡੇ ਵੱਲ, ਕਿਸੇ ਹੋਰ ਵੱਲ ਨਹੀਂ, ਸਾਡੇ ਲੋਕਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸਤਚਾਰ ਚਾਰ ਮੇ ਤੋਂ ਕਿਆ ਹੋਆ ਜੀਵਿਤ ਕਈ ਹਜ਼ਾਰ। ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਤੁਹਾਡਾ ਪੁੱਤ ਆਖ ਦਿੱਤਾ ਹੈ ਤਾਂ ਮੈਨੂੰ ਲੱਗਦਾ ਸਾਡੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਆਪਣੇ ਗੁਰੂ ਦੀ ਗੱਲ ਮੰਨੀਏ, ਕਿਉਂਕਿ ਬਤਾਂਤ ਗਿਣਤੀ 'ਚ ਸਾਡੇ ਲੋਕ ਅੱਜ ਗੁਰੂ ਨੂੰ ਤਾਂ ਮੰਨ ਰਹੇ ਨੇ ਲੇਕਿਨ ਗੁਰੂ ਦੀ ਨਹੀਂ ਮੰਨਦੇ। ਵੈਸੇ ਦੇਖਿਆ ਜਾਵੇ ਇਤਿਹਾਸ ਸਾਡਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਜ਼ਿਆਦਾ ਸਾਂਭਦੇ ਹਾਂ, ਪਰ ਦੇਖਿਆ ਜਾਵੇ ਸਾਡੇ ਗੁਰੂ ਨੇ ਜਿਹੜੇ ਉਹ ਪੂਰੇ ਇੰਡੀਆ ਦੇ ਵਿੱਚ ਆਪਾਂ ਕਹਿ ਸਕਦੇ ਜਾਂ ਹਰ ਇੱਕ ਜਗ੍ਹਾ ਸਾਨੂੰ ਜਿਹੜੇ ਜਾਂ ਆਪਣੇ SGPC ਜਾਂ ਹੋਰ ਵੀ ਜਿਹੜੇ ਜਥੇਬੰਦੀਆਂ ਨੇ ਜਿਹੜੇ ਇਤਿਹਾਸ ਨੂੰ ਜਦ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਬਾਹਰ ਦੇ ਵੀ ਆਪਣੇ ਇਤਿਹਾਸ ਨੂੰ ਦੇਖਣਾ ਚਾਹੀਦਾ ਕਿ ਕੋਈ ਬਿਲਡਿੰਗਸ ਹੈ ਜਿਹੜੀ ਪੁਰਾਣੀਆਂ ਨੇ, ਇਮਾਰਤਾਂ ਨੇ, ਉਹ ਕਿਤੇ ਨਾ ਕਿਤੇ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ, ਉਸ ਨੂੰ ਵੀ ਸਾਂਭਣਾ ਚਾਹੀਦਾ। ਪੰਜਾਬ ਦੇ ਇਤਿਹਾਸ ਨੂੰ ਸੰਭਾਲ ਲਿਆ ਜੀ ਮੋਹਿਤ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਮੈਂ ਤੁਹਾਨੂੰ ਖੜ੍ਹੇ ਖੜ੍ਹੇ ਐਸੇ 50 ਸਥਾਨ ਗਿਣਾ ਸਕਦਾ ਜਿਹੜੇ ਕਿ ਅਜੇ ਨਹੀਂ ਸੰਭਾਲੇ ਹੋਏ ਅਸੀਂ, ਅਤੇ ਅਸੀਂ ਕਹਿੰਦੇ ਹਾਂ ਬਾਹਰ ਜਾ ਕੇ ਸੰਭਾਲਾਂਗੇ, ਪੰਜਾਬ ਦੇ 'ਤੇ ਅਸੀਂ ਸੰਭਾਲੇ ਨਹੀਂ, ਠੀਕ ਹੈ। ਗੱਲ ਇੱਥੇ ਹੈ ਵੀ ਅਸੀਂ ਜਥੇਬੰਦੀਆਂ ਦੇ ਦੋਸ਼ 'ਤੇ ਲਾਉਂਦੇ ਹਾਂ, ਮੈਨੂੰ ਲੱਗਦਾ ਹੁਣ ਤੁਸੀਂ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਹਰ ਕੋਈ ਸਵਾਲ ਖੜ੍ਹਾ ਕਰ ਦਿੰਦਾ, ਲੇਕਿਨ ਮੈਨੂੰ ਲੱਗਦਾ ਜਿਸ ਵਕਤ ਵੋਟ ਆਈਆਂ, ਹੁਣ ਵੋਟਾਂ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਸਾਡੇ ਕਿੰਨੇ ਕੁ ਸਿੱਖਾਂ ਨੇ ਵੋਟ ਬਣਾਈ ਹੈ? ਤੁਸੀਂ ਵੋਟ ਬਣਾਈ ਹੈ ਪਹਿਲੀ ਗੱਲ,
ਕਿਸੇ ਨੇ ਵੀ ਯੂਥ ਨੇ ਵੋਟ ਬਣਾਈ ਹੈ ਪੁੱਛੇ, ਅਸੀਂ ਸੋਸ਼ਲ ਮੀਡੀਆ 'ਤੇ ਤਾਂ ਜ਼ਰੂਰ ਹਰ ਕਿਸੇ ਔਰਗਨਾਈਜੇਸ਼ਨ ਦੇ ਖਿਲਾਫ਼ ਬੋਲਦੇ ਹਾਂ, ਲੇਕਿਨ ਜਿਹੜਾ ਸਾਡਾ ਰਾਈਟ ਹੈ, ਕਿਉਂਕਿ ਸਿੱਖਾਂ 'ਚ ਦੇਖੋ ਇਲੈਕਸ਼ਨ ਦਾ ਕਨਸੈਪਟ ਨਹੀਂ ਰਿਹਾ, ਕਹਿੰਦੇ ਜਿਸ ਵਕਤ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਹਿਤਾ ਬਾਬਾ ਵਸਿਆ ਗ੍ਰਾਮ ਬਕਾਲਾ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਬੈਠੇ ਨੇ ਭੋਰੇ ਵਿੱਚ, ਕਹਿੰਦੇ ਜੀ ਉਸ ਵਕਤ ਬੜੇ ਸਾਰੇ ਲੋਕ ਗੱਦੀਆਂ ਲਾ ਕੇ ਬਹਿ ਗਏ, ਕਹਿੰਦੇ ਉਸ ਵਕਤ ਮੱਖਣ ਸ਼ਾਹ ਲੁਬਾਣੇ ਨੇ ਇਲੈਕਸ਼ਨ ਨਹੀਂ ਸਿਲੈਕਸ਼ਨ ਕੀਤੀ ਹੈ ਗੁਰੂ ਦੀ। ਲੇਕਿਨ ਅੱਜ ਜਿਹੜਾ ਸਾਡਾ ਮਾਹੌਲ ਬਣ ਚੁੱਕਿਆ ਇਲੈਕਸ਼ਨ ਦਾ, ਅਤੇ ਮੈਨੂੰ ਲੱਗਦਾ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੂਨ ਸ਼ਹੀਦਾਂ ਦੇ ਖੂਨ ਪਸੀਨੇ ਨਾਲ ਸਿੱਚੀ ਹੋਈ ਧਰਤੀ ਹੈ, ਕਹਿੰਦੇ ਜਿਸ ਵਕਤ ਮਹੰਤਾਂ ਦਾ ਕਬਜ਼ਾ ਸੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ, ਅਤੇ ਉਸ ਵਕਤ ਕਹਿੰਦੇ ਜੀ ਉਸ ਵਕਤ ਇੰਨੀ ਵੱਧ ਡਿਸਕ੍ਰੀਮੀਨੇਸ਼ਨ ਵੱਧ ਚੁੱਕੀ ਸੀ ਵੀ ਉਸ ਵੇਲੇ ਡਿਸਕ੍ਰੀਮੀਨੇਸ਼ਨ ਕਰਨ ਲੱਗ ਗਿਆ ਸੀ ਵੀ ਤੂੰ ਸਿੱਖ ਪਿਛੜੀ ਜਾਤੀ ਦਾ, ਤੂੰ ਸਿੱਖ ਵੱਡੀ ਜਾਤੀ ਦਾ, ਦੇਖ ਕਰਾਉਣੀ ਬੰਦ ਕਰ ਦਿੱਤੀ, ਦੇਖ ਮਹੰਤਾਂ ਨੇ ਕਰਾਉਣੀ ਬੰਦ ਕਰ ਦਿੱਤੀ, ਪਖੰਡਵਾਦ ਸਿਰੇ ਦਾ ਚੱਲ ਪਿਆ। ਕਹਿੰਦੇ ਉਸ ਵਕਤ ਭਾਈ ਮਹਿਤਾਬ ਸਿੰਘ 12 ਅਕਤੂਬਰ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ 'ਚ ਇੱਕ ਇਕੱਠ ਕਰਦੇ ਨੇ ਅਤੇ ਇੱਕ ਜੱਥਾ ਤੋਰਦੇ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾ ਕੇ ਕਹਿੰਦੇ ਨੇ ਵੀ ਸਾਡੀ ਕੋਈ ਬਰਾਦਰੀ ਨਹੀਂ, ਸਾਡੀ ਬਰਾਦਰੀ ਕੇਵਲ ਖਾਲਸਾ ਆ, ਖਾਲਸਾ ਕੀ ਹੈ, ਪਰਮਾਤਮ ਕੀ ਮੌਜ ਹੈ, ਖਾਲਸਾ ਕੀ ਹੈ, ਅਕਾਲ ਪੁਰਖ ਕੀ ਫੌਜ ਆ। ਕਹਿੰਦੇ ਜੀ ਉਹ ਜਿਹੜੀ ਉਸ ਵਕਤ ਉਹਨਾਂ ਨੇ ਕਿਹਾ ਮਹੰਤਾਂ ਨੂੰ ਵੀ ਸਾਡੀ ਦੇਖ ਕਰਾਓ, ਮਹੰਤ ਕਹਿੰਦੇ ਅਸੀਂ ਤੁਹਾਡੀ ਦੇਖ ਨਹੀਂ ਕਰਾਉਂਦੇ ਕਿਉਂਕਿ ਤੁਸੀਂ ਪਿਛੜੀਆਂ ਜਾਤੀਆਂ ਨਾਲ ਸੰਬੰਧਿਤ ਹੋ। ਕਹਿੰਦੇ ਉਸ ਵਕਤ ਉਹਨਾਂ ਦਾ ਇੱਕ ਫੈਸਲਾ ਆਇਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚੋਂ ਵਾਕ ਲਾਂਗੇ, ਜੇ ਵਾਕ ਤੁਹਾਡੇ ਹੱਕ 'ਚ ਆਉਂਦਾ ਭਾਵ ਮਹੰਤਾਂ ਦੇ ਹੱਕ 'ਚ ਆਉਂਦਾ ਅਤੇ ਅਸੀਂ ਦੇਖ ਨਹੀਂ ਕਰਾਵਾਂਗੇ, ਜੇ ਵਾਕ ਸਾਡੇ ਹੱਕ 'ਚ ਆਉਂਦਾ ਤਾਂ ਅਸੀਂ ਦੇਖ ਕਰਾਵਾਂਗੇ। ਕਹਿੰਦੇ ਉਸ ਵਕਤ ਫੈਸਲਾ ਲਿਆ ਅਤੇ ਮਹੰਤਾਂ ਨੂੰ ਇਹ ਸੀ ਵੀ ਇਹ ਤਾਂ ਕਿਤਾਬ ਹੈ, ਕਿੱਥੋਂ ਬੋਲਣਗੇ, ਅਤੇ ਕਹਿੰਦੇ ਵੀ ਸਿੱਖਾਂ ਨੂੰ ਗੁਰੂ ਕੇ ਸਿੰਘਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲਦੇ ਵੀ ਨੇ, ਹੁਕਮ ਵੀ ਕਰਦੇ ਨੇ। ਕਹਿੰਦੇ ਹੁਕਮਨਾਮਾ ਲਿੱਤਾ ਗਿਆ ਅਤੇ ਵਾਕ ਜਿਹੜਾ ਹੁਕਮ ਆਇਆ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਕਹਿੰਦੇ ਉਸ ਦਿਨ ਤੋਂ ਬਾਅਦ ਮਹੰਤਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚੋਂ ਕਬਜ਼ਾ ਛੱਡਿਆ। ਤੁਸੀਂ ਵੇਖੋ ਸਾਡਾ ਇਤਿਹਾਸ ਬੜਾ ਵੇਸਲਾ ਹੈ, ਜਿਹੜੀ ਸਾਡੀ ਕਮਿਊਨਿਟੀ ਦੇ ਤੁਸੀਂ ਵੇਖੋ ਜਥੇਬੰਦੀਆਂ ਨੇ, ਜਿਹਦੇ ਵਿੱਚ ਟੌਪ ਕਲਾਸ ਦੀਆਂ ਤੁਸੀਂ ਜਥੇਬੰਦੀਆਂ ਵੇਖ ਲਓ, ਜਿਹੜੀਆਂ ਅੱਜ ਤੁਹਾਨੂੰ ਲੱਗਦਾ ਕਿੱਥੇ ਨਾ ਕਿੱਥੇ ਸਿੱਖੀ ਦੀ ਲੀਡਰਸ਼ਿਪ ਕਰਨ ਦੇ ਵਿੱਚ ਕਮਜ਼ੋਰ ਨੇ, ਕਿਉਂਕਿ ਸਾਡੇ ਰੀਪ੍ਰਜੈਂਟੇਟਿਵਸ ਨਹੀਂ ਹੈਗੇ ਉਹਨਾਂ ਸੰਸਥਾਵਾਂ ਦੇ ਵਿੱਚ, ਕਿਉਂਕਿ ਸਾਡੇ ਯੂਥ ਇਤਿਹਾਸ ਨਾਲ ਨਹੀਂ ਜੁੜਿਆ ਹੋਇਆ। ਸਾਡੀ ਸਾਰੀ ਲੀਡਰਸ਼ਿਪ 60 ਤੋਂ ਉੱਪਰ ਹੈ ਇਸ ਵਕਤ, ਠੀਕ ਹੈ, ਮੈਂ ਕਹਿੰਦਾ ਜੀ ਸੱਦ ਕੇ ਉਹ ਸਾਡੇ ਸਤਿਕਾਰਯੋਗ ਨੇ, ਸਾਨੂੰ ਉਹਨਾਂ ਤੋਂ ਸੇਧ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਕਹਿੰਦੇ ਲੇਕਿਨ ਇਸ ਵਕਤ ਜਿਹੜੀ ਸਾਡੀ ਬਤਾਂਤ ਗਿਣਤੀ ਹੈ ਉਹ ਯੂਥ ਹੈ, ਯੂਥ ਕਿੱਥੇ ਨਾ ਕਿੱਥੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਕਨੈਕਟ ਨਹੀਂ ਕਰ ਪਾਉਂਦਾ, ਲੇਕਿਨ ਫਿਰ ਅਸੀਂ ਉਹਨਾਂ ਲੀਡਰਾਂ ਦੀ ਗਲਤੀ ਕਰਦੇ ਹਾਂ। ਕਿਤੇ ਨਾ ਕਿਤੇ ਸਾਡੇ ਯੂਥ ਨੂੰ ਵੀ ਸੁਚੇਤ ਹੋ ਕੇ ਇਸ ਫੀਲਡ ਵਿੱਚ ਆਉਣਾ ਚਾਹੀਦਾ, ਮਤਲਬ ਕਿ ਯੂਥ ਨੂੰ ਆਪ ਅੱਗੇ ਆਉਣਾ ਚਾਹੀਦਾ, ਨਾ ਕਿ ਇਲਜ਼ਾਮ ਲਗਾਉਣੇ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਤੁਹਾਡੇ ਉੱਪਰ ਇਸ਼ਾਰਾ, ਤੁਹਾਡੇ ਉੱਪਰ ਕਹਿ ਕੇ ਗਏ ਸੀ ਨਾ, ਤੁਹਾਨੂੰ ਪੁੱਤਰ ਆਖਿਆ ਸੀ, ਅਤੇ ਕਹਿੰਦੇ ਜੇ ਅਸੀਂ ਪੁੱਤਰ ਹੋਣ ਦਾ ਫਰਜ਼ ਨਹੀਂ ਨਿਭਾਵਾਂਗੇ ਤਾਂ ਅਸੀਂ ਕਿਸੇ ਨੂੰ ਦੋਸ਼ ਕਿਵੇਂ ਦੇ ਸਕਦੇ ਹਾਂ। ਕਹਿੰਦੇ ਇੱਕ ਪਿਓ ਨੇ ਪੂਰੀ ਜ਼ਿੰਦਗੀ ਮੁਸ਼ਕਤ ਕਰਕੇ ਇੱਕ ਬੜੀ ਵੱਡੀ ਵਿਰਾਸਤ ਖੜੀ ਕੀਤੀ। ਕਹਿੰਦੇ ਪਿਓ ਬਿਮਾਰ ਹੋ ਗਿਆ, ਬੱਚਾ ਜਿਹੜਾ ਬਾਹਰ ਜਾ ਕੇ ਫੁਕਰੀਆਂ ਮਾਰ ਰਿਹਾ ਕਿ ਮੇਰੇ ਕੋਲ ਇਹ ਹੈ ਉਹ ਹੈ। ਕਹਿੰਦੇ ਉਸੇ ਦੌਰਾਨ ਜਦੋਂ ਪਿਓ ਬਿਮਾਰ ਹੋਇਆ ਅਤੇ ਗਵਾਂਢੀ ਦੇ ਬੱਚੇ ਨੇ ਉਹਦੀ ਕਹਿ ਲਓ ਦੇਖਭਾਲ ਕਰਕੇ ਅਤੇ ਕਹਿੰਦੇ ਸਾਰੀ ਪ੍ਰੋਪਰਟੀ ਆਪਣੇ ਨਾਮ ਕਰਾ ਲਈ। ਇਹੀ ਸਾਡੇ ਨਾਲ ਹੋ ਰਿਹਾ ਵੀ ਸਾਡੇ ਪੁਰਖਿਆਂ ਨੇ ਬੜੀ ਤਸ਼ੱਦਤ ਦੇ ਨਾਲ ਖੂਨ ਪਸੀਨਿਆਂ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਬਣਾਈਆਂ, ਬਹੁਤ ਵੱਡਾ ਇਤਿਹਾਸ ਸਿਰਜਿਆ, ਲੇਕਿਨ ਅੱਜ ਜਿਹੜਾ ਉਹਨਾਂ ਦੇ ਉੱਪਰ ਕਿੱਥੇ ਨਾ ਕਿੱਥੇ ਤੁਸੀਂ ਵੇਖੋ ਸਾਡਾ ਘੱਟ ਅਤੇ ਦੂਜੇ ਲੋਕਾਂ ਦਾ ਜ਼ਿਆਦਾ ਪ੍ਰਭਾਵ ਆ, ਅਤੇ ਜ਼ਰੂਰਤ ਅਸੀਂ ਆਪ ਸੁਚੇਤ ਹੋਈਏ ਦੂਜੇ ਵੱਲ ਇਸ਼ਾਰਾ ਕਰਨ ਦੀ ਥਾਂ 'ਤੇ। ਵੈਸੇ ਦੇਖਿਆ ਜਾਵੇ ਕਿ ਤੁਹਾਡੇ ਵੱਲੋਂ ਹੁਣ ਕੀ ਕੀਤਾ ਜਾ ਰਿਹਾ ਕਿ ਤੁਸੀਂ ਕਹਿ ਰਹੇ ਕਿ ਹਾਲੇ ਵੀ ਆਪਣੇ ਅੰਮ੍ਰਿਤਸਰ 'ਚ ਹੀ ਬੜੇ ਥਾਵਾਂ ਨੇ ਜਿਹੜੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਸੰਭਾਲ ਲੈਣ ਦੀ ਲੋੜ ਹੈ, ਤੁਹਾਡੇ ਵੱਲੋਂ ਕੀ ਹੈ, ਐਫਰਟਸ ਕੀਤੇ ਜਾ ਰਹੇ ਨੇ? ਵੇਖੋ ਮੇਰੇ ਵੱਲੋਂ ਕੇਵਲ ਇੰਨੇ ਐਫਰਟਸ ਨੇ ਕਿ ਅਸੀਂ ਉਹਨਾਂ ਥਾਵਾਂ ਨੂੰ ਫਿਗਰ ਆਊਟ ਕਰੀਏ ਜਿੰਨਾ ਕੁਛ ਹੋ ਸਕਦਾ ਵੀ ਅਸੀਂ ਜਿੰਨੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ, ਜਿੰਨੇ ਗੁਰੂ ਕੇ ਸਿੱਖਾਂ ਨਾਲ
ਮਿਲ ਕੇ ਉਹਨਾਂ ਨੂੰ ਸੰਭਾਲ ਸਕਦੇ ਸੰਭਾਲਾਂਗੇ। ਉਸ ਤੋਂ ਇਲਾਵਾ ਬਾਕੀ ਥਾਵਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਵਰਲਡ ਲੈਵਲ 'ਤੇ ਲੋਕਾਂ ਨੂੰ ਦੱਸਿਆ ਜਾਵੇ ਕਿੰਨਾ ਵੱਡਾ ਇਤਿਹਾਸ ਹੈ। ਤੁਸੀਂ ਵੇਖੋ ਅੱਜ ਪੂਰੀ ਇੰਸਟਾਗ੍ਰਾਮ ਖੋਲਦਿਆਂ ਸਭ ਤੋਂ ਉੱਪਰ ਵੈਡਿੰਗ ਅਨੰਤ ਮਾਨੀ ਜੀ ਦੀ ਆਉਂਦੀ ਹੈ, ਠੀਕ ਹੈ। ਕਹਿੰਦੇ ਲੇਕਿਨ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਕੰਪਨੀ ਬਾਗ 'ਚ ਖੜ੍ਹੇ, ਕਹਿੰਦੇ ਕਿਸੇ ਵੇਲੇ ਕਵਰ ਨੌਨਿਹਾਲ ਸਿੰਘ ਦਾ ਵਿਆਹ ਹੋਇਆ ਸੀ, ਕਹਿੰਦੇ ਜਦੋਂ ਸਹਿਰਾ ਬਣ ਕੇ ਆਇਆ ਸਹਿਰਾ ਇੰਨਾ ਖੂਬਸੂਰਤ ਲੱਗਿਆ ਵੀ ਕਹਿੰਦੇ ਇਹ ਸਹਿਰਾ ਕਵਰ ਨੌਨਿਹਾਲ ਦੇ ਨਹੀਂ ਮੇਰੇ ਗੁਰੂ ਕੇ ਦਰਬਾਰ 'ਚ ਸੋਹਣਾ ਲੱਗੂਗਾ। ਅਤੇ ਕਹਿੰਦੇ ਉਸ ਵਕਤ 2 ਕਰੋੜ ਰੁਪਏ ਮਹਾਰਾਜਾ ਰਣਜੀਤ ਸਿੰਘ ਨੇ ਅਤੇ 17 ਲੱਖ ਸ਼ਾਮ ਸਿੰਘ ਅਟਾਰੀ ਵਾਲਿਆਂ ਨੇ, ਤੁਸੀਂ ਵੇਖੋ ਵੀ 2.25 ਕਰੋੜ ਖਰਚਾ ਹੋਇਆ ਉਸ ਵੇਲੇ ਦਾ, ਜਿਸ ਵੇਲੇ ਇੱਕ ਗੁਰੂ ਇਸ ਇੱਕ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਕੀਮਤ 24 ਪਾਉਂਡਾਂ ਦੇ ਬਰਾਬਰ ਹੁੰਦੀ ਸੀ, ਅੱਜ ਤੁਸੀਂ ਲਓ ਕਿੰਨੇ 1000 ਕਰੋੜਾਂ ਦਾ ਵਿਆਹ ਸੀ। ਕਹਿੰਦੇ ਵੀ ਅਸੀਂ ਕਹਿੰਦੇ ਹਾਂ ਜੀ ਸਾਡੇ ਇਤਿਹਾਸ 'ਚੋਂ ਰੋਲ ਮਾਡਲਸ ਨਹੀਂ ਹੈ, ਸਾਡੇ ਇਤਿਹਾਸ 'ਚੋਂ ਰੌਚਕਤਾ ਨਹੀਂ ਹੈ, ਕਿਉਂ ਨਹੀਂ ਹੈ। ਭਾਈ ਹਾਠੂ ਸਿੰਘ ਦੀ ਗੱਲ ਵੇਖੋ, ਕਹਿੰਦੇ ਜੀ ਕੇਵਲ ਔਰ ਕੇਵਲ ਹਰੀ ਸਿੰਘ ਨਲਵਾ 15 ਸਾਲਾਂ ਦੀ ਉਮਰ ਸ਼ੇਰ ਦੇ ਜਬਾੜੇ ਪਾੜ ਦਿੰਦੇ ਨੇ। ਕਹਿੰਦੇ ਜਦੋਂ ਨਾਮ ਪਿਆ ਨਲਵਾ, ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਉਤਰਿਆ ਘੋੜੇ ਤੋਂ ਗੱਲਾਂ ਲਾਇਆ, ਕਹਿੰਦਾ ਅਸੀਂ ਮਹਾਰਾਜ ਇੱਕ ਰਾਜਾ ਨਲ ਹੋਇਆ, ਕਹਿੰਦੇ ਸ਼ੇਰ ਵੀ ਡਰ ਜਾਇਆ ਕਰਦੇ ਸੀ, ਕਹਿੰਦੇ ਅਸੀਂ ਉਹ ਤਾਂ ਵੇਖਿਆ ਨਹੀਂ, ਤੂੰ ਹੀ ਸਾਡਾ ਨਲਵਾ ਹੈ। ਅਤੇ ਕਹਿੰਦੇ ਸਾਡੇ ਇਤਿਹਾਸ 'ਤੇ ਐਸੇ ਐਸੇ ਸੂਰਮੇ ਹੋਏ ਨੇ, ਭਾਈ ਹਾਠੂ ਸਿੰਘ ਦੀ ਗੱਲ ਕਰ ਲਓ, ਕਹਿੰਦੇ ਜਿਸ ਵਕਤ ਅਬਦਾਲੀ ਜਿਸ ਵਕਤ ਉਹਨਾਂ ਨੂੰ ਫੜਿਆ ਹੈ ਅਤੇ ਕਹਿੰਦੇ ਅਬਦਾਲੀ ਕਹਿੰਦਾ ਹਾਥੀ ਨਾਲ ਮੁਕਾਬਲਾ ਕਰਾਉਣਾ, ਕਹਿੰਦੇ ਕੁਛ ਨਹੀਂ ਹੈ, ਕੇਵਲ ਕਿਰਪਾਨ ਪਾਈ ਹੈ ਜੇ, ਕਿਰਪਾਨ ਕੱਢੀ ਜੇ ਅਤੇ ਕਹਿੰਦੇ ਜੀ ਹਾਥੀ ਦੇ ਸੁੰਡ ਵੱਢ ਦਿੱਤੀ, ਹਾਥੀ ਦੇ ਨਾਲ ਮੁਕਾਬਲਾ ਕਰ ਰਹੇ ਨੇ ਕਿਰਪਾਨ ਦੇ ਨਾਲ। ਸਿੰਘਾਂ 'ਚ ਜ਼ੋਰ ਜਜ਼ਬਾ ਸੀਗਾ ਸਿੱਖਾਂ 'ਚ। ਇਸ ਤੋਂ ਇਲਾਵਾ ਵੀ ਭਾਈ ਰਾਮ ਸਿੰਘ ਦੀ ਗੱਲ ਕਰੀਏ, ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਖਾਲਸਾ ਕਾਲਜ ਵਿਸ਼ਵ ਦਾ ਮੈਨੂੰ ਲੱਗਦਾ ਟੌਪ ਆਰਕੀਟੈਕਟ 'ਚੋਂ ਇੱਕ ਆ, ਠੀਕ ਹੈ। ਭਾਈ ਰਾਮ ਸਿੰਘ ਹੋਏ ਸਾਡੇ ਆਰਕੀਟੈਕਟ, ਸਾਡੇ ਵਿੱਚ ਭਾਈ ਲਹਿਣਾ ਸਿੰਘ ਮਜੀਠੀਆ ਹੋਏ ਨੇ, ਤੁਸੀਂ ਵੇਖੋ ਲਹਿਣਾ ਸਿੰਘ ਮਜੀਠੀਆ ਨੇ ਕੈਸੀਆਂ ਤੋਪਾਂ ਤਿਆਰ ਕਰ ਦਿੱਤੀਆਂ, ਲਹਿਣਾ ਸਿੰਘ ਮਜੀਠੀਆ ਨੇ ਜਿਹੜੀ ਧੁੱਪ ਕੜੀ ਬਣਾਈ, ਅੱਜ ਵੀ ਸ਼੍ਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਆ। ਸਾਡੇ ਕੋਲ ਹਰ ਫੀਲਡ 'ਚ ਸਿੱਖ ਸੀਗੇ, ਤੁਸੀਂ ਵੇਖੋ, ਲੇਕਿਨ ਅਸੀਂ ਉਹਨਾਂ ਦੀ ਹੋਂਦ ਨੂੰ ਨਾ ਪਹਿਚਾਣਿਆ ਨਾ ਦੱਸ ਸਕਿਆ। ਸਾਡੀ ਕਮੀ ਕੇਵਲ ਇੰਨੀ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਸੁਚੇਤ ਨਹੀਂ ਹਾਂ। ਆਖਰੀ ਸਵਾਲ ਹੈ ਕਿ ਜਿਹੜੇ ਯੂਥ ਹੈ ਜਿਹੜਾ ਹੁਣ ਬਾਹਰ ਨੂੰ ਰੁੱਖ ਕਰ ਰਹੇ ਨੇ, ਹੈ ਨਾ, ਪੰਜਾਬ 'ਚ ਸਭ ਤੋਂ ਜ਼ਿਆਦਾ ਮੇਨ ਹੀ ਗੱਲ ਇਹ ਕਹੀ ਜਾਂਦੀ ਕਿ ਜਿਹੜੇ ਪੰਜਾਬੀ ਨੇ ਜੇ ਬਾਹਰ ਨੂੰ ਤੁਰ ਜਾਂਦੇ ਨੇ, ਪਰ ਤੁਸੀਂ ਇੱਥੇ ਹੋ, ਤੁਸੀਂ ਵੀ ਆਪਣਾ ਇੱਕ ਵਧੀਆ ਚੁਣਿਆ ਕਿ ਨਹੀਂ ਅਸੀਂ ਇਤਿਹਾਸ ਨੂੰ ਸਾਂਭੀਏ, ਤਾਂ ਉਹਨਾਂ ਨੂੰ ਯੂਥ ਨੂੰ ਇੱਕ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਹਮੇਸ਼ਾ ਕਲੱਬਾਂ ਦੇ ਵਿੱਚ ਰਹਿੰਦੇ ਨੇ, ਕਿ ਇੱਕ ਵਾਰੀ ਆਪਣੇ ਇਤਿਹਾਸ ਵੱਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਇਸ 'ਚ ਵਿੱਚ ਐਂਟਰ ਹੋਏ ਹੋ ਅਤੇ ਤੁਹਾਡਾ ਵੀ ਰੁਝਾਨ ਵਧਿਆ, ਉਹਨਾਂ ਦਾ ਵੀ ਰੁਝਾਨ ਵਧਿਆ। ਵੇਖੋ ਯੂਥ ਮੈਨੂੰ ਲੱਗਦਾ ਆਪਣੀ ਕਈ ਮਜਬੂਰੀਆਂ ਕਰਕੇ ਵੀ ਬਾਹਰ ਜਾਂਦਾ, ਕਿਉਂਕਿ ਪੰਜਾਬ ਵਿੱਚ ਕਿਤੇ ਨਾ ਕਿਤੇ ਇੰਪਲੋਇਮੈਂਟਸ ਦੀ ਬਹੁਤ ਜ਼ਿਆਦਾ ਕਮੀ ਹੈ। ਜਿਹੜੀ ਜਥੇਬੰਦੀਆਂ ਦੀ ਇਹ ਬਣਦੀ ਸੀਗੀ, ਮਤਲਬ ਕਹਿ ਸਕਦੇ ਵੀ ਉਹਨਾਂ ਦੀ ਇਹ ਜ਼ਿੰਮੇਵਾਰੀਆਂ ਬਣਦੀਆਂ ਸੀ, ਜਾਂ ਤੁਸੀਂ ਕਹਿ ਲਓ ਜਿਹੜੇ ਮੌਕੇ ਮੌਕੇ 'ਤੇ ਪੋਲਿਸੀਜ਼ ਆਉਣੀਆਂ ਸੀ ਉਹ ਨਹੀਂ ਆ ਸਕੀਆਂ, ਤਾਂ ਮੈਨੂੰ ਲੱਗਦਾ ਦੁਨੀਆ ਦੇ ਜਿਸ ਮਰਜ਼ੀ ਕੋਨੇ 'ਚ ਜਾਵੋ, ਲੇਕਿਨ ਕਹਿੰਦੇ ਜੀ ਗੁਰੂ ਦੀ ਸਿੱਖੀ ਤੁਹਾਡੇ ਨਾਲ ਜ਼ਰੂਰ ਹੋਣੀ ਚਾਹੀਦੀ ਹੈ। ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਅਤੇ ਮੈਂ ਪਹਿਲਾਂ ਵੀ ਜਿਵੇਂ ਕਿਹਾ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਪੂਰਾ ਸਰਬੰਸ ਵਾਰ ਦਿੱਤਾ ਸਾਡੇ ਕਰਕੇ, ਅਤੇ ਕਹਿੰਦੇ ਅਸੀਂ ਸਿੱਖੀ ਇਜ਼ ਨੋਟ ਅਬਾਊਟ ਕਿ ਤੁਸੀਂ ਕਿਸੇ ਚੀਜ਼ ਨੂੰ ਸੈਕਰੀਫਾਈਸ ਕਰ ਦਿਓ, ਸਿੱਖੀ ਤਾਂ ਕਹਿੰਦੀ ਹੈ ਵੀ ਤੁਸੀਂ ਆਪਣੀ ਮਤ ਨੂੰ ਨਿਛਾਵਰ ਕਰਕੇ ਗੁਰੂ ਦੇ ਦਰਬਾਰ 'ਚ ਆ ਜਾਓ ਅਤੇ ਤੁਸੀਂ ਸਿੱਖੋ। ਗੁਰੂ ਨਾਨਕ ਦੇਵ ਮਹਾਰਾਜ ਕੀ ਕਹਿ ਰਹੇ ਨੇ, ਜੋ ਤੋ ਪ੍ਰੇਮ ਖਿਲਣਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਣਨਾ ਕੀਜਾ। ਕਹਿੰਦੇ ਜੀ ਅੱਜ ਬਹੁਤ ਸਾਰੀਆਂ ਗਲਤੀਆਂ ਸਾਡੇ ਤੋਂ ਹੋ ਗਈਆਂ, ਲੇਕਿਨ ਇਹਦਾ ਅੰਤ 'ਚ ਮੈਂ ਇੱਕੋ ਗੱਲ ਕਹਾਂਗਾ ਵੀ ਅਸੀਂ ਹੁਣ ਵੀ ਬਹੁਤ ਸਮਾਂ ਬਾਕੀ ਹੈ ਵੀ ਆਪਣੀ ਮੱਤ ਜਿਹੜੀ ਹੈ, ਮੱਤ ਤੋਂ ਭਾਵ ਇਹ ਨਹੀਂ ਵੀ ਅਸੀਂ ਸੋਝੀ ਖਵਾ ਦਈਏ। ਕਹਿੰਦੇ ਜੀ ਅਸੀਂ ਆਪਣੀ ਸਾਰੀ ਮੱਤ ਨਿਛਾਵਰ ਕਰਕੇ ਗੁਰੂ ਦੇ ਚਰਨਾਂ 'ਚ ਜਾ ਕੇ ਟੈਪੀਏ, ਅਤੇ ਕਹਿੰਦੇ ਜਿਸ ਤਰੀਕੇ ਕਹਿੰਦੇ ਬਹੁਤ ਵੱਡੇ ਵੱਡੇ ਗੁਨਾਹ ਜਿਹੜੇ ਨੇ ਉਹ ਗੁਰੂ ਮਾਫ਼ ਕਰ ਦਿੰਦਾ, ਕਿਉਂਕਿ ਗੁਰੂ ਦਾ ਦਰਬਾਰ ਉਹ ਦਰਬਾਰ ਹੈ। ਕਹਿੰਦੇ ਜੀ ਤੁਸੀਂ ਇੱਕ ਕਦਮ ਵਧਾਓਗੇ ਗੁਰੂ ਸਾਹਿਬ 10 ਕਦਮ ਤੁਹਾਨੂੰ ਲੈਣ ਖੁਦ ਆਉਂਦੇ ਨੇ, ਅਤੇ ਕਹਿੰਦੇ ਗੁਰੂ ਇੰਨਾ ਬੇਅੰਤ ਹੈ, ਇੰਨਾ ਬੇਅੰਤ ਹੈ ਗੁਰੂ ਦੀ ਸਿੱਖੀ, ਅਤੇ ਗੁਰੂ ਖੁਦ ਗੱਲ ਵਕੜੀ ਚਲਾਊਗਾ। ਅਤੇ ਮੈਨੂੰ ਲੱਗਦਾ ਜੇਕਰ ਸਾਡੀ ਮੱਤ ਗੁਰੂ ਅੱਗੇ ਨਿਛਾਵਰ ਕਰ ਦਈਏ, ਕਿਉਂਕਿ ਤੁਸੀਂ ਵੇਖੋ ਅੱਜ ਅਸੀਂ ਬੈਠ ਖੜੇ ਹਾਂ, ਬੋਲ ਰਹੇ ਹਾਂ, ਗੱਲ ਕਰ ਰਹੇ ਹਾਂ, ਇਹ ਸਭ ਗੁਰੂ ਦੀ ਕਿਰਪਾ ਹੈ। ਜੇ ਗੁਰੂ ਦੀ ਵਿਦੇਸ਼ਾਂ 'ਚ ਯੂਥ ਗਿਆ ਵੀ ਗੁਰੂ ਦੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਕਿਰਪਾ ਹੈ, ਜਾਂ ਤੁਸੀਂ ਕਹਿ ਲਓ ਗੁਰੂ ਦਾ ਵਰਤਾਰਾ ਜਿਹੜਾ ਵਾਪਰ ਰਿਹਾ,
ਠੀਕ ਹੈ, ਕਹਿੰਦੇ ਜੀ ਅਸੀਂ ਉਸ ਗੁਰੂ ਦਾ ਸ਼ੁਕਰਾਨਾ ਕਰੀਏ, ਭਾਣਾ ਮੰਨੀਏ ਉਸ ਗੁਰੂ ਦਾ, ਲੇਕਿਨ ਉਸ ਭਾਣੇ 'ਚ ਮੰਨ ਕੇ ਜਿਹੜਾ ਸ਼ਹਾਦਤਾਂ ਦਾ ਦੌਰ ਆ ਅਸੀਂ ਉਸਨੂੰ ਕਦੀ ਨਾ ਭੁਲਾ ਜਾਈਏ। ਅਤੇ ਕਹਿੰਦੇ ਆਪਣੀ ਮੱਤ ਨਿਛਾਵਰ ਕਰਕੇ ਗੁਰੂ ਦੇ ਦਰਬਾਰ 'ਚ ਆ ਕੇ ਇੱਕੋ ਬੇਨਤੀ ਕਰੀਏ, ਹੇ ਗੁਰੂ ਪਾਤਸ਼ਾਹ ਅਸੀਂ ਹਰ ਰੋਜ਼ ਕਰਦੇ ਹਾਂ ਕਿ ਵੀ ਨਿਮਾਣਾ ਬੱਚਾ ਸਮਝ ਕੇ ਬਖਸ਼ ਲਈ, ਜੇ ਕੋਈ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਮੇਰੇ ਕੋਲੋਂ। ਅਤੇ ਮੈਂ ਯੂਥ ਨੂੰ ਇਹੀ ਕਹਿਣਾ ਚਾਹੂੰਗਾ ਵੀ ਆਪਣਾ ਇਤਿਹਾਸ ਪੜ੍ਹੀਏ, ਬਹੁਤ ਵਿਸ਼ਾਲ ਹੈ, ਬਹੁਤ ਵਿਸ਼ਾਲ ਹੈ। ਇਸ ਇਤਿਹਾਸ ਤੋਂ ਅਸੀਂ ਇੰਪਲੋਇਮੈਂਟਸ ਵੀ ਕ੍ਰੀਏਟ ਕਰ ਸਕਦੇ ਹਾਂ, ਬਹੁਤ ਕੁਛ ਹੋ ਸਕਦਾ। ਇਤਿਹਾਸ ਨੂੰ ਜ਼ਰੂਰ ਪੜ੍ਹੀ ਜੀ। ਧੰਨਵਾਦ। ਤਾਂ ਇਹ ਸਨ ਸਾਡੇ ਹਿਸਟੋਰੀਅਨ ਸਿਮਰ ਸਿੰਘ ਜੀ, ਜਿਨ੍ਹਾਂ ਦਾ ਇੱਕ ਬਹੁਤ ਵਧੀਆ ਅੱਜ ਇਤਿਹਾਸ ਦੇ ਉੱਤੇ ਹੀ ਝਾਤ ਪਾਈ ਹੈ, ਦੇਖਿਆ, ਗੱਲਬਾਤ ਕੀਤੀ ਹੈ, ਅਤੇ ਹੋਰ ਵੀ ਬਹੁਤ ਜਾਣਕਾਰੀ ਸਾਨੂੰ ਮਿਲੀ ਹੈ। ਅਤੇ ਜਿਹੜਾ ਯੂਥ ਹੈ ਆਸ ਕਰਦੇ ਹਾਂ ਅਤੇ ਇਹਨਾਂ ਦੀ ਗੱਲਾਂ ਨੂੰ ਸੁਣ ਕੇ ਜਿਹੜਾ ਕਿ ਹਿਸਟਰੀ ਵੱਲ ਜ਼ਰੂਰ ਜੁੜੇਗਾ, ਆਪਣੇ ਇਤਿਹਾਸ ਨੂੰ ਜ਼ਰੂਰ ਸਾਂਭੇਗਾ। ਮੈਨੂੰ ਦੇ ਇਜਾਜ਼ਤ। ਵੰਸ਼ਵ ਸਿੰਘ ਕਵਲ, ਸਿਟੀ ਹੈਡਲਾਈਨ, ਅੰਮ੍ਰਿਤਸਰ।